ਪਹਿਲੇ ਫੜੀਆਂ ਨੇ ਤੇ ਥੋੜ੍ਹਾ ਹੋਰ ਥੱਲੇ ਕਰ ਦਿਓ ਇੱਥੇ ਰੇਟ ਤਾਂ ਤੁਹਾਨੂੰ ਆਪੇ ਹੀ ਆ ਜੀ ਨਹੀਂ ਸਾਨੂੰ ਨਹੀਂ ਪਤਾ ਰੇਟ ਪਤਾ ਬਈ ਸਵੇਰ ਤੇ ਬੈਠੇ ਆ ਸਰ ਰੇਟ ਕੀ ਚੱਲਦਾ ਇਹ ਜੀ ਦੁਬਾਰਾ ਲਾ ਰਹੇ ਨੇ ਹੁਣ ਅੱਗੇ ਮਾਸ਼ਾਅੱਲਾ ਇਹਨਾਂ ਨੂੰ ਦੋ ਪੂੰਗੇ ਲੱਗ ਗਏ ਨੇ ਪੂੰਗੇ ਲੱਗੇ ਜਾਂ ਇੱਕ ਸਹੀ ਲੱਗ ਗਿਆ ਪੂੰਗੇ ਹੀ ਹੈ ਜੀ ਛੋਟੇ ਛੋਟੇ ਅੱਛਾ ਲੇਕਿਨ ਨਾ ਹੋਣ ਨਾਲੋਂ ਬਿਹਤਰ ਹੈ ਫਿਰ ਵੀ ਹਾਂਜੀ ਹਾਂਜੀ ਚਲੋ ਜੀ ਮਾਸ਼ਾਅੱਲਾ ਸ਼ੁਕਰ ਮੇਲਾ ਬਣ ਗਿਆ ਸ਼ੁਕਰ ਮੇਲਾ ਅੱਜ ਦਾ ਫਿਰ ਹੈ ਦਾਲ ਤੇ ਨਹੀਂ ਅੱਜ ਤੇ ਫਿਰ ਖਾਓਗੇ ਮੱਛੀ ਉਹ ਇਦਾਂ ਹੀ ਹੈ ਜੀ ਨਹੀਂ ਤਾਂ ਕਿਸੇ ਵੇਲੇ ਤਾਂ ਆਲੂ ਹੀ ਖਾਣੇ ਪੈਂਦੇ ਅੱਛਾ ਕਿਸੇ ਤੇ ਆਲੂ ਖਾਂਦੇ ਹੋ ਹੋਰ ਫਿਰ ਗਰੀਬ ਬੰਦੇ ਆ ਜੀ ਕੀ ਕਰੀਏ ਲੇਕਿਨ ਅੱਜ ਤੇ ਮੱਛੀ ਖਾਓਗੇ ਹਾਂਜੀ ਅੱਜ ਮੱਛੀ ਖਾਓਗੇ ਨਾ ਅੱਜ ਤੁਹਾਡਾ ਕੀ ਬਣੇਗਾ ਦੇਖੋ ਲੱਗਦੇ ਠੀਕ ਹੈ ਨਹੀਂ ਤਾਂ ਫਿਰ ਚੁੱਪ ਕਰਕੇ ਘਰ ਨੂੰ ਜਾਵਾਂ ਦਾਲ ਖਾਣੀ ਫਿਰ ਤੁਸੀਂ ਵੀ ਸਹੀ ਹੋ ਗਿਆ ਬਸ ਝਟ ਘੜੀ ਹੈ ਚਲੋ ਜੀ ਮਾਸ਼ਾਅੱਲਾ ਵੈਸੇ ਰੇਟ ਕੀ ਚੱਲ ਰਿਹਾ ਮੱਛੀ ਤਾਂ ਜੀ ਹੁਣ ਆਮ ਜਿੱਦਾਂ ਲੱਭਦੀ ਹੈ ਨਾ ਉਦਾਂ ਤਾਂ ਲੱਭਦੀ ਨਹੀਂ ਵੀ ਹੈ ਹੁਣ ਤਾਂ ਹੈ 6-7 ਕਿਲੋ ਹਾਂ ਇਹ ਫਿਰ ਬਣਾ ਕੇ ਦਿਓਗੇ ਜਾਂ ਐਵੇਂ ਨਹੀਂ ਜੀ ਸਾਡੇ ਕੋਲ ਕਿਹੜਾ ਸਮਾਨ ਹੈ ਉੱਥੇ ਆਪ ਹੀ ਬਣਾਉਣੀ ਇਹਨੇ ਲੈ ਜਾਣੀ ਇਹ ਤਾਂ ਰੌਲਾ ਫਿਰ ਹੈ ਤੁਸੀਂ ਬਾਈ ਢਿੱਲੇ ਹੋ ਬੜੇ ਹੁਣ ਬਾਈ ਹੋਣਾ ਨੇ ਦੁਬਾਰਾ ਲਾ ਦਿੱਤੀ ਹੈ ਬਾਈ ਹੋਣਾ ਨੇ ਦੁਬਾਰਾ ਲਾ ਦਿੱਤੀ ਹੈ ਮੈਂ ਯਾਰ ਟੁਕੜੇ ਸੁੱਕੇ ਨੇ ਨਾ ਅੱਛਾ ਪਾਣੀ ਜਾ ਕੇ ਭੇਜਣਗੇ ਆ ਭਾਈ ਇੱਕ ਬਾਈ ਦਾ ਤਾਂ ਹੋ ਗਿਆ ਕੰਮ ਗੁਜ਼ਾਰਾ ਉਹ ਕਰ ਜੇ ਲੱਗ ਜਾਏ ਤੇ 10 ਮਿੰਟ ਦਾ ਖੇਲ ਨਾ ਲੱਗੇ ਤੇ ਸਾਰੀ ਦਿਹਾੜੀ ਵਾਸੀਆਂ ਹੀ ਆਉਂਦੀਆਂ ਉਧਰੋਂ ਵੱਢ ਲਿਆ ਸਮਾਨ ਆਪਣਾ ਸਾਰਾ ਉਹੋ ਹੀ ਇੱਥੇ ਲਾਇਆ ਅੱਛਾ ਅੱਛਾ
ਕਿਉਂਕਿ ਅਸੀਂ ਭਾਈ ਡੰਗਰਾਂ ਨੂੰ ਸਾਨੂੰ ਸ਼ੌਕ ਕੋਈ ਨਹੀਂ, ਗਰੀਬ ਆਦਮੀ ਆ ਜੀ, ਅਸੀਂ ਕਿੱਥੇ ਕਰ ਸਕਦੇ ਹਾਂ, ਡੰਗਰ ਡੁੰਗਰ ਅਸੀਂ ਕੋਈ ਨਹੀਂ ਰੱਖਦੇ, ਇਹ ਦਿਹਾੜੀ ਦਿਹੁੜੀ ਲਾ ਕੇ ਤੇ ਫਿਰ ਆ ਜਾਈਦਾ ਜੇ ਕੋਈ ਸ਼ਿਕਾਰ ਕਿਸੇ ਟਾਈਮ ਕਰਨਾ। ਅਸੀਂ ਜਾ ਸਰਮਾਇਆ ਲੁੰਦੇ ਸਲਵਾਰ ਇੱਕ ਹੋਰੇ ਚੋਲਾ ਹੋਰੇ, ਹੈਂ ਗਰੀਬ ਆਦਮੀ ਆ ਜੀ। ਸਹੀ ਹੈ, ਬਦੂਰ ਆਦਮੀ ਆ ਜੀ। ਟਾਈਮ ਕੀ ਹੋਏਗਾ ਟਾਈਮ ਤੁਹਾਨੂੰ ਦੱਸ ਦਿੰਦੇ ਵੀਰੇ, 5:30। ਇਹ ਜਨਾਬ ਰੱਖੀਆਂ ਹੋਈਆਂ ਨੇ ਦੂਸਰੀਆਂ ਜਿਹੜੀਆਂ ਪਹਿਲੇ ਫੜੀਆਂ ਨੇ। ਇਹ ਤਾਂ ਕੰਮ ਬੜਾ ਖਰਾਬ ਹੈ, ਕੱਪੜੇ ਖਰਾਬ ਕਰੇ। ਚਲੋ ਠੀਕ ਹੋ ਗਿਆ ਜੀ, ਠੀਕ ਹੋ ਗਿਆ, ਅੱਲਾ ਤੁਹਾਨੂੰ ਛੇਤੀ ਦੇਵੇ। ਆਮੀਨ ਯਾਰ। ਹਾਂ ਜਾਈਏ ਯਾਰ, ਲੇਟ ਹੋਰ ਹੁਣ ਕੋਈ ਚਾਹ ਪਾਣੀ ਹੋ ਜਾਵੇ। ਨਹੀਂ ਨਹੀਂ ਜਜ਼ਾਕ ਅੱਲਾ, ਇਹੀ ਚਾਹ ਪਾਣੀ ਤੁਹਾਡਾ। ਠੀਕ ਹੈ ਵੀਵਰ, ਜਦੋਂ ਨਾਲ ਸਾਨੂੰ ਦਿਓ ਇਜਾਜ਼ਤ, ਅਤੇ ਚੈਨਲ ਨੂੰ ਸਬਸਕ੍ਰਾਈਬ ਮਾਰੋ ਅਤੇ ਲਾਈਕ ਕਰੋ ਅਤੇ ਸ਼ੇਅਰ ਕਰੋ। ਇਨਸ਼ਾਅੱਲਾ ਦੁਬਾਰਾ ਮਿਲਾਂਗੇ। ਓਕੇ ਜੀ, ਅੱਲਾ ਹਾਫਿਜ਼। ਲਾਈਕ ਕਰ ਲਓ ਯਾਰ, ਕੀ ਹੋ ਗਿਆ, ਕਰ ਲਓ ਸਬਸਕ੍ਰਾਈਬ। ਓਕੇ ਟਾਟਾ, ਬਾਏ ਬਾਏ। ਅਜੇ ਵੀ ਵੇਖ ਰਹੇ ਹੋ? ਉਹ ਯਾਰ ਮਜ਼ਾ ਆ ਗਿਆ।